ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਫ਼ਰ ਦੀ ਉਡਾਰੀ ਕਿੱਥੋਂ ਤੱਕ ਹੈ, ਉਹਨਾਂ ਨੇ ਆਪਣੇ ਇਸ ਜੀਵਨ ਦੇ ਵਿੱਚ ਕੀਤੀ, ਇਹ ਤਾਂ ਕੋਈ ਨਹੀਂ ਜਾਣ ਸਕਦਾ। ਪਰ ਗੁਰੂ ਨਾਨਕ ਸਾਹਿਬ ਜਿਸ ਜਿਸ ਜਗ੍ਹਾ ਅਸਥਾਨਾਂ 'ਤੇ ਗਏ ਹੈ, ਉਹ ਬੜੇ ਦੁਰਲੱਭ ਸਥਾਨ ਆ। ਇਹੋ ਜਿਹੇ ਅਸਥਾਨ ਮਨੁੱਖ ਦੀ ਸੋਚ ਅਤੇ ਅਕਲ ਤੋਂ ਬਾਹਰ ਹਨ। ਜਿਵੇਂ ਸਾਨੂੰ ਇੱਕ ਮਹਾਂਪੁਰਖ ਦੱਸਦੇ ਸੀਗੇ ਕਿ ਅੱਜ ਬੇਸ਼ੱਕ ਉਹ ਵਾਹਿਗੁਰੂ ਨੂੰ ਪਾ ਕੇ ਵੀ ਮੁਕੰਮਲ ਸਿੱਖ ਨਹੀਂ ਬਣ ਸਕੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਜੇ ਵੀ ਅਜਿਹੇ ਅਨੇਕਾਂ ਸ਼ਬਦ ਹਨ ਜਿਨ੍ਹਾਂ ਦੀ ਉਹਨਾਂ ਨੂੰ ਅਜੇ ਪੂਰੀ ਤਰ੍ਹਾਂ ਸਮਝ ਨਹੀਂ ਹੈ ਅਤੇ ਨਾ ਕਦੀ ਆ ਸਕਦੀ ਹੈ, ਕਿਉਂਕਿ ਪਰਮੇਸ਼ਰ ਅਗਾਧ ਬੋਧ ਹੈ ਅਤੇ ਉਸ ਦੀ ਸਮਝ ਵੀ ਅਗਾਧ ਬੋਧ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਹੜੀ ਚੀਜ਼ ਮਨੁੱਖ ਦੀ ਸਮਝ ਵਿੱਚ ਨਾ ਆਵੇ ਤਾਂ ਮਨੁੱਖ ਉਹ ਇਹ ਸੋਚ ਲਵੇ ਵੀ ਇਹ ਹੋ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ, ਇਹੋ ਹੀ ਅਸ਼ਚਰਜ ਹੈ। ਹਾਂ ਭਾਈ, ਗੱਲ ਇਤਨੀ ਹੈ ਕਿ ਅਜੇ ਸਮਾਂ ਨਹੀਂ ਆਇਆ। ਜਦ ਸਮਾਂ ਆਏਗਾ, ਜਦੋਂ ਤੇਰੇ ਗੱਲ ਸਮਝ ਵਿੱਚ ਆ ਜਾਏਗੀ ਤਾਂ ਫਿਰ ਉਸ ਨੂੰ ਤੂੰ ਦੇਖ ਕੇ ਦੰਗ ਰਹਿ ਜਾਏਗਾ। ਇਸ ਕਰਕੇ ਮਹਾਂਪੁਰਖ, ਅਗਰ ਕੋਈ ਵੀ ਗੱਲ ਗੁਰਬਾਣੀ ਦੀ ਸਮਝ ਵਿੱਚ ਨਾ ਆਵੇ ਤਾਂ ਵੀ ਪੂਰਾ ਵਿਸ਼ਵਾਸ ਅਤੇ ਯਕੀਨ ਰੱਖਦੇ ਆ ਅਤੇ ਸਮੇਂ ਦਾ ਇੰਤਜ਼ਾਰ ਕਰਦੇ ਆ। ਇਸ ਤਰ੍ਹਾਂ ਦੀ ਇੱਕ ਸਾਖੀ ਦਾਸ ਧੰਨ ਗੁਰੂ ਨਾਨਕ ਸਾਹਿਬ ਦੀ, ਜਿਹੜੀ ਭਾਈ ਬਾਲੇ ਜੀ ਦੀ ਜਨਮ ਸਾਖੀ ਜੋ ਪੁਰਾਤਨ ਹੈ ਉਹਦੇ ਵਿੱਚ ਅੰਕਿਤ ਹੈ। ਅਤੇ ਇਹ ਸਾਖੀ ਜਿਹੜੇ ਪੁਰਾਣੇ ਬਜ਼ੁਰਗ ਸਿੱਖ ਹੁੰਦੇ ਸੀਗੇ, ਉਹ ਆਪਣੇ ਪਰਿਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਸੁਣਾਉਂਦੇ ਹੁੰਦੇ ਸੀ। ਸੋ ਜਿਵੇਂ ਆਪ ਸੰਗਤ ਨੂੰ ਪਤਾ ਕਿ ਇਸ ਬ੍ਰਹਿਮੰਡ ਦੇ ਅੰਦਰ ਇੱਕ ਪੰਛੀਆਂ ਦਾ ਜੋੜਾ ਹੈ, ਉਹਨਾਂ ਦਾ ਨਾਂ ਹੈ ਅਨਲ ਅਤੇ ਮਨਲ। ਗੁਰਬਾਣੀ ਦੱਸਦੀ ਆ ਕਿ ਇਹ ਪੰਛੀ ਦੀ ਜਿਹੜੀ ਉਡਾਰੀ ਆ, ਇਹ ਮਨ ਦੀ ਰਫ਼ਤਾਰ ਨਾਲ ਉੱਡਦੇ ਆ ਅਤੇ ਇੱਕ ਬ੍ਰਹਿਮੰਡ ਤੋਂ ਦੂਜੇ ਬ੍ਰਹਿਮੰਡ ਤੱਕ ਜਾਣ ਦੀ ਇਹਨਾਂ ਦੀ ਤਾਕਤ ਹੁੰਦੀ ਆ ਅਤੇ ਇਹ ਲੱਖਾਂ ਆਕਾਸ਼ਾਂ ਵਿੱਚ ਘੁੰਮਦੇ ਆ। ਅਗਰ ਇਹਨਾਂ ਦੀ ਰਸਨਾ ਦੇ ਉੱਤੇ ਕਿਤੇ ਮਨੁੱਖੀ ਸ਼ਬਦ ਹੋਵੇ ਤਾਂ ਇਹ ਪੂਰੇ ਬ੍ਰਹਿਮੰਡਾਂ ਦੀ ਖਬਰ ਸਾਨੂੰ ਦੱਸ ਸਕਦੇ ਆ। ਪਰ ਗੱਲ ਇੰਨੀ ਹੈ ਕਿ ਅਗਰ ਅਨਲ ਅਤੇ ਮਨਲ ਦੇ ਵਿੱਚ ਅਕਾਲ ਪੁਰਖ ਨੇ ਸ਼ਕਤੀ ਰੱਖੀ ਹੈ ਤਾਂ ਇਹਦੇ ਨਾਲੋਂ ਵੀ ਕਈ ਅਸੰਖਾਂ ਗੁਣਾ ਸ਼ਕਤੀ ਇਸ ਮਨੁੱਖੀ ਜੀਵਨ ਦੇ ਵਿੱਚ ਅਕਾਲ ਪੁਰਖ ਨੇ ਰੱਖੀ ਆ ਕਿ ਉਹ ਪੂਰੇ ਬ੍ਰਹਿਮੰਡਾਂ ਨੂੰ ਆਪਣੇ ਅੰਦਰ ਹੀ ਜਾਣ ਸਕਦਾ ਹੈ। ਜਿਵੇਂ ਬਾਣੀ ਕਹਿੰਦੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਬ੍ਰਹਿਮੰਡ ਸਾਨੂੰ ਬਾਹਰ ਦਿਖਾਈ ਦਿੰਦਾ ਹੈ ਉਹ ਸਾਡੇ ਅੰਦਰ ਹੈ, ਪਰ ਇਹ ਭੇਦ ਉਦੋਂ ਖੁੱਲ੍ਹਦਾ ਹੈ ਜਦ ਮਨੁੱਖ ਆਪਣੇ ਅਨੁਭਵ ਗਿਆਨ ਰੂਪੀ ਨੇਤਰਾਂ ਦੁਆਰਾ ਇਹ ਚੀਜ਼ ਨੂੰ ਅਨੁਭਵ ਕਰਦਾ ਹੈ ਕਿ ਅਸਲ ਵਿੱਚ ਸਾਡੇ ਅੰਦਰ ਜੋ ਹੈ ਉਹ ਸੱਚ ਹੈ, ਬਾਹਰ ਜੋ ਹੈ ਝੂਠ ਹੈ। ਭਾਵ ਕੀ ਹੈ, ਬਾਹਰ ਜੋ ਦਿਖਾਈ ਦੇ ਰਿਹਾ ਹੈ ਉਹ ਸਾਡੇ ਅੰਦਰ ਦਾ ਪਰਛਾਵਾਂ ਹੈ, ਪਰ ਇਹ ਗੱਲ ਬ੍ਰਹਮ ਗਿਆਨੀ ਹੀ ਜਾਣਦੇ ਆ। ਸੋ ਆਓ, ਅੱਜ ਕਥਾ ਦਾ ਜੋ ਮੇਨ ਭਾਵ ਹੈ ਆਪ ਸਾਰੀਆਂ ਸੰਗਤਾਂ ਦੇ ਨਾਲ ਦਾ ਸਾਂਝਾ ਕਰ ਰਿਹਾ ਹੈ। ਸੋ ਉਹ ਇਹ ਹੈ ਕਿ ਕਈ ਐਸੇ ਦੁਰਲੱਭ ਅਸਥਾਨ ਜਿਹੜੇ ਜਨਮ ਸਾਖੀ ਦੇ ਵਿੱਚ ਭਾਈ ਬਾਲੇ ਜੀ ਦੇ ਵਿੱਚ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦੱਸੇ ਆ ਅਤੇ ਗੁਰੂ ਅੰਗਦ ਦੇਵ ਜੀ ਨੇ ਉਹ ਸਾਖੀ ਲਿਖਵਾਈ ਆ ਅਤੇ ਉਹ ਸਾਖੀ ਦੇ ਵਿੱਚ ਅੰਕਿਤ ਹੈ। ਇਹ ਪੁਰਾਤਨ ਜਨਮ ਸਾਖੀ ਦੀ ਆ ਵਿੱਚੋਂ ਹੈ। ਸੋ ਇਹ ਬੜਾ ਹੀ ਅਮੀਰ ਵਿਰਸਾ ਹੈ ਸਿੱਖ ਕੌਮ ਵਾਸਤੇ, ਇਸ ਨੂੰ ਸੰਭਾਲਣ ਦੀ ਬੜੀ ਲੋੜ ਹੈ। ਅਤੇ ਇਸੇ ਹੀ ਕਰਕੇ ਇਹ ਵਿਸ਼ਾ ਜੋ ਅੱਜ ਦਾਸ ਨੇ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਜੋ ਰੱਖਿਆ ਹੈ, ਬਸ ਇਸ ਦੇ ਉੱਤੇ ਪੂਰਨ ਯਕੀਨ ਕਰਨਾ ਗੁਰਸਿੱਖ ਦਾ ਹੀ ਫਰਜ਼ ਹੈ, ਧਰਮ ਹੈ। ਕਿਉਂਕਿ ਸਾਡੇ ਵੱਡੇ ਵਡੇਰੇ ਕਦੀ ਝੂਠ ਨਹੀਂ ਬੋਲਦੇ। ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਜਿਸ ਜਿਸ ਵੀ ਜਗ੍ਹਾ 'ਤੇ ਗਏ ਆ ਉੱਥੇ ਇੱਕ ਵਚਿੱਤਰ ਹੀ ਦੁਨੀਆ ਦਾ ਨਕਸ਼ਾ ਖਿੱਚਿਆ ਹੈ। ਸੋ ਇੱਕ ਵਾਰ ਗੁਰੂ ਨਾਨਕ ਸਾਹਿਬ ਜਿਸ ਵਚਿੱਤਰ ਦੁਨੀਆ 'ਚ ਗਏ, ਉਸ ਨੂੰ ਜਨਮ ਸਾਖੀ ਦੇ ਵਿੱਚ ਕਿਹੜੀ ਦੇਸ਼ ਦੱਸਿਆ ਗਿਆ ਹੈ?
ਜਿਵੇਂ ਦੱਸਿਆ ਕਿ ਅੱਗੇ ਸਾਖੀ ਕਿਹੜੀ ਦੇਸ਼ ਦੀ ਚੱਲੀ, ਭਾਈ ਬਾਲਾ ਜੀ ਦੱਸਦੇ ਆ, ਕਹਿੰਦੇ ਕਿ ਦਾਸ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਆਪਣੇ ਆਕਾਸ਼ ਦਾ ਜੋ ਮਾਰਗ ਸੀ ਉਸ ਦੇ ਰਾਹੀਂ ਇੱਕ ਐਸੀ ਧਰਤੀ 'ਤੇ ਪਹੁੰਚੇ ਜਿੱਥੇ ਕੀੜੀਆਂ ਹੀ ਕੀੜੀਆਂ ਨਜ਼ਰ ਆਉਂਦੀਆਂ ਸੀ। ਕਹਿੰਦੇ ਜਦ ਕੀੜੀਆਂ ਹੀ ਕੀੜੀਆਂ ਨਜ਼ਰ ਆਈਆਂ ਤਾਂ ਭਾਈ ਮਰਦਾਨੇ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਵੀ ਇੱਥੇ ਕੀੜੀਆਂ ਹੀ ਕੀੜੀਆਂ ਨਜ਼ਰ ਆਉਂਦੀਆਂ, ਕੋਈ ਦੂਸਰੀ ਜੀਵ ਪ੍ਰਾਣੀ ਵਾਲੀ ਹਸਤੀ ਇੱਥੇ ਨਜ਼ਰ ਨਹੀਂ ਆਉਂਦੀ? ਅਤੇ ਗੁਰੂ ਨਾਨਕ ਸਾਹਿਬ ਮਰਦਾਨੇ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ, ਇਹ ਜੋ ਦੇਸ਼ ਹੈ ਇਹ ਕੀੜੀ ਦੇਸ਼ ਹੈ, ਇੱਥੇ ਕੀੜੀਆਂ ਦਾ ਹੀ ਰਾਜ ਹੈ। ਜਦ ਇਹ ਗੱਲ ਮਰਦਾਨਾ ਜੀ ਨੇ ਸੁਣੀ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਕਿ ਅਸੀਂ ਪਹਿਲੇ ਮਨੁੱਖ ਹਾਂ ਵੀ ਜਿਹੜੇ ਇਸ ਧਰਤੀ ਦੇ ਉੱਤੇ ਆਏ ਹਾਂ, ਜਿਹੜੀ ਕੀੜੀ ਵਾਲੀ ਧਰਤੀ ਹੈ ਇਹਦੇ ਉੱਤੇ ਆਏ ਕਿ ਸਾਡੇ ਤੋਂ ਪਹਿਲਾਂ ਕੋਈ ਮਨੁੱਖ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਹੈ? ਤਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਨਹੀਂ ਭਾਈ, ਇੱਥੇ ਸਾਡੇ ਤੋਂ ਵੀ ਪਹਿਲਾਂ ਇੱਕ ਰਾਜਾ ਬਹੁਤ ਭਾਰਤ ਵਸਵੀ ਰਾਜਾ ਸੀਗਾ, ਉਹ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਸੀਗਾ। ਕਹਿੰਦੇ ਉਹਦੇ ਪਾਸ ਜੋ ਰਾਜਾ ਸੀ ਉਹਦੇ ਪਾਸ ਬੜੀਆਂ ਲੱਖਾਂ ਫੌਜਾਂ ਸੀਗੀਆਂ, ਅਤੇ ਉਹ ਜਿੱਥੋਂ ਵੀ ਜਾਂਦੀਆਂ ਸੀਗੀਆਂ ਵੱਡੇ ਵੱਡੇ ਖੂਹ ਭਰ ਜਾਂਦੇ ਸੀਗੇ ਉਹਨਾਂ ਦੀ ਧੂੜ ਦੇ ਨਾਲ, ਫੌਜਾਂ ਦੀ ਧੂੜ ਦੇ ਨਾਲ। ਉਹ ਕਹਿੰਦੇ ਆਪਣੇ ਆਕਾਸ਼ ਮਾਰਗ ਦੇ ਥਾਣੀ ਜਦੋਂ ਉਹ ਇਸ ਦੇਸ਼ ਦੇ ਵਿੱਚੋਂ ਲੰਘ ਰਿਹਾ ਸੀਗਾ ਅਤੇ ਇੱਥੇ ਦੀ ਜਿਹੜੀ ਰਾਣੀ ਕਿਹੜੀ ਰਾਣੀ ਸੀ ਸਭ ਤੋਂ ਵੱਡੀ, ਉਸਨੇ ਰਾਜੇ ਨੂੰ ਰੋਕਿਆ, ਰੋਕ ਕੇ ਕਹਿਣ ਲੱਗੀ ਕਿ ਰਾਜਾ ਤੂੰ ਮੇਰੇ ਦੇਸ਼ ਦੇ ਵਿੱਚ ਆਇਆ, ਤੇਰੇ ਹੱਥ ਭਾਗ ਚੰਗੇ ਆ, ਅਤੇ ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਇਸ ਰਾਜ ਦੇ ਵਿੱਚ ਆਵੇ ਉਹ ਸਾਡਾ ਪ੍ਰਸ਼ਾਦਾ ਛੱਕ ਕੇ ਜਾਵੇ, ਅਸੀਂ ਉਹਦੇ ਵਾਸਤੇ ਚੰਗਾ ਭੋਜਨ ਚੰਗਾ ਲੰਗਰ ਅਸੀਂ ਬਣਾ ਕੇ ਤਿਆਰ ਕਰਦੇ ਹਾਂ। ਜਦ ਕਹਿੰਦੇ ਇਹ ਗੱਲ ਹੋਈ ਤਾਂ ਰਾਜਾ ਬੜਾ ਹੈਰਾਨ ਹੋਇਆ, ਉਹ ਕਹਿਣ ਲੱਗਾ ਵੀ ਤੂੰ ਕੀੜੀ ਆ, ਤੂੰ ਮੈਨੂੰ ਭੋਜਨ ਕੀ ਖਿਲਾ ਸਕਦੀ ਆ? ਮੈਂ ਇੱਕ ਬਹੁਤ ਤਪਸਵੀ ਰਾਜਾ, ਮੇਰੇ ਨਾਲ ਲੱਖਾਂ ਹੀ ਫੌਜਾਂ, ਜਿੱਥੋਂ ਵੀ ਲੰਘ ਜਾਣਾ ਉੱਥੇ ਦੀਆਂ ਜਿਹੜੀਆਂ ਖੂਹੀਆਂ ਹੈਗੀਆਂ ਧੂੜ ਦੇ ਨਾਲ ਭਰ ਜਾਂਦੀਆਂ, ਅਤੇ ਤੂੰ ਮੈਨੂੰ ਸਾਰੀ ਫੌਜ ਨੂੰ ਕਿਵੇਂ ਭੋਜਨ ਛਕਾ ਸਕਦੀ ਆ? ਅਤੇ ਫਿਰ ਉਹ ਕਹਿੰਦੇ ਕਿਹੜੀ ਰਾਣੀ ਜਿਹੜੀ ਹੈ ਉਹ ਰਾਜੇ ਨੂੰ ਕਹਿਣ ਲੱਗੀ ਵੀ ਦਰਅਸਲ ਗੱਲ ਇਹ ਹੈ, ਅਗਰ ਤੂੰ ਭੋਜਨ ਛਕਣਾ ਤਾਂ ਠੀਕ ਹੈ, ਲੇਕਿਨ ਮੇਰਾ ਦੂਸਰਾ ਜੋ ਸਾਡੇ ਮੁਲਕ ਦਾ ਕਾਨੂੰਨ ਹੈ ਕਿ ਜਿਹੜਾ ਸਾਡਾ ਇੱਥੇ ਦਾ ਪ੍ਰਸ਼ਾਦਾ ਨਹੀਂ ਛਕਦਾ, ਅਗਰ ਉਹ ਸਾਡੇ ਨੂੰ ਕੀੜੀ ਹੋਣ ਉੱਤੇ ਇਹ ਇਤਰਾਜ਼ ਕਰਦਾ ਹੈ ਤਾਂ ਫਿਰ ਉਹ ਸਾਡੇ ਨਾਲ ਯੁੱਧ ਕਰਕੇ ਦੇਖ ਲਵੇ। ਜਦ ਕਹਿੰਦੇ ਇਹ ਗੱਲ ਹੋਈ ਤਾਂ ਰਾਜਾ ਹੈਰਾਨ ਹੋ ਗਿਆ, ਕਹਿੰਦਾ ਤੂੰ ਛੋਟੀ ਜਿਹੀ ਕੀੜੀ ਆ, ਤੂੰ ਮੇਰੇ ਨਾਲ ਯੁੱਧ ਕੀ ਕਰ ਸਕਦੀ ਹੈ? ਅਤੇ ਉਹ ਰਾਜਾ ਕਹਿੰਦਾ ਵੀ ਤੂੰ ਅਗਰ ਰਹਿਣ ਦੇ ਇਹ ਗੱਲ, ਤੂੰ ਇਹ ਯੁੱਧ ਤੇਰੇ ਜਿਹੜਾ ਹੈ ਸੁਪਨੇ ਦੇ ਵਿੱਚ ਔਖਾ ਹੈ। ਤਾਂ ਫਿਰ ਰਾਣੀ ਕੀੜੀ ਕਹਿਣ ਲੱਗੀ ਕਿ ਤੂੰ ਸੁਪਨੇ ਦੀ ਗੱਲ ਛੱਡ, ਅਗਰ ਤੂੰ ਭੋਜਨ ਛਕਣਾ ਤਾਂ ਠੀਕ ਹੈ, ਨਹੀਂ ਤਾਂ ਤੂੰ ਸਾਡੇ ਨਾਲ ਯੁੱਧ ਕਰ। ਭਾਵ ਕੀ ਹੈ, ਦੋਨੇ ਯੁੱਧ ਕਰਨ ਵਾਸਤੇ ਤਿਆਰ ਹੋਏ। ਜਦ ਯੁੱਧ ਦੇ ਵਿਗਲ ਵੱਜੇ ਤਾਂ ਰਾਣੀ ਕੀੜੀ ਜਿਹੜੀ ਸੀ, ਕਹਿੰਦੇ ਉਹਨੇ ਕੀੜੀਆਂ ਨੂੰ ਉਦੇਸ਼ ਦਿੱਤਾ ਵੀ ਜਾਓ ਪਤਾਲ ਦੇ ਵਿੱਚ। ਕਹਿੰਦੇ ਉਹ ਕੀੜੀਆਂ ਉਸੇ ਟਾਈਮ ਪਤਾਲ ਦੇ ਵਿੱਚ ਗਈਆਂ, ਜਾ ਕੇ ਜ਼ਹਿਰ ਦੀਆਂ ਬੂੰਦਾਂ ਭਰ ਕੇ ਲਿਆਈਆਂ, ਅਤੇ ਜਦੋਂ ਜਿੰਨੇ ਵੀ ਉਹਦੀ ਫੌਜ ਸੀ ਜਿਸ ਜਿਸ ਸਿਪਾਹੀ ਦੇ ਉਹ ਕੀੜੀ ਲੜੇ ਉਹੀ ਸਿਪਾਹੀ ਜ਼ਮੀਨ ਦੇ ਉੱਤੇ ਢੇਰੀ ਹੋ ਜਾਵੇ। ਇਸ ਤਰ੍ਹਾਂ ਕਰਦੇ ਕਰਦੇ ਲੱਖਾਂ ਹੀ ਫੌਜਾਂ ਜਿਹੜੀਆਂ ਸੀਗੀਆਂ ਪਲ ਪਲ ਭਰ ਦੇ ਵਿੱਚ ਹੀ ਉਹ ਸਾਰੀ ਕੀੜੀ ਨੇ ਰਾਜੇ ਦੀਆਂ ਖਾਕ ਕਰ ਦਿੱਤੀਆਂ। ਜਦ ਲੱਖਾਂ ਹੀ ਫੌਜਾਂ ਖਾਕ ਹੋ ਗਈਆਂ, ਜਿਸ ਉੱਤੇ ਉਹ ਰਾਜੇ ਨੂੰ ਮਾਣ ਸੀਗਾ, ਤਾਂ ਉਹ ਰਾਜਾ ਇਕੱਲਾ ਹੀ ਰਹਿ ਗਿਆ। ਉਹ ਹੱਕਾ ਬੱਕਾ ਹੋ ਗਿਆ ਵੀ ਇਹ ਤਾਂ ਬਿਨਾਂ ਅਸਤਰ ਸ਼ਾਸਤਰ ਤੋਂ ਕੀੜੀਆਂ ਨੇ ਸਾਡੇ ਨਾਲ ਜੰਗ ਕਰ ਦਿੱਤਾ, ਅਤੇ ਮੇਰੀ ਪੂਰੀ ਦੀ ਪੂਰੀ ਫੌਜ ਜਿਹੜੀ ਸੀ ਇਹ ਪਲ ਭਰ ਦੇ ਵਿੱਚ ਹੀ ਖਤਮ ਕਰ ਦਿੱਤੀ ਆ। ਅਤੇ ਫਿਰ ਉਹ ਰਾਣੀ ਕੀੜੀ ਰਾਜੇ ਨੂੰ ਕਹਿਣ ਲੱਗੀ ਕਿ ਹੁਣ ਤੂੰ ਦੱਸ, ਤੂੰ ਸਾਡਾ ਭੋਜਨ ਛਕਣਾ ਹੈ ਜਾਂ ਨਹੀਂ ਛਕਣਾ? ਤਾਂ ਫਿਰ ਕਹਿੰਦੇ ਰਾਜਾ ਜਿਹੜਾ ਸੀਗਾ ਉਹਦਾ ਸਿਰ ਜਿਹੜਾ ਸੀਗਾ ਉਹ ਕੀੜੀ ਦੇ ਸਤਿਕਾਰ ਦੇ ਵਿੱਚ ਝੁਕ ਗਿਆ, ਅਤੇ ਉਹ ਫਿਰ ਉਹਨੂੰ ਪਤਾ ਲੱਗ ਗਿਆ ਕਿ ਕੀੜੀ ਦੇ ਵਿੱਚ ਵੀ ਵਾਹਿਗੁਰੂ ਇੱਕ ਐਸੀ ਸ਼ਕਤੀ ਰੱਖਦਾ ਹੈ, ਜਿਹੜੇ ਵੱਡੇ ਵੱਡੇ ਤਪਸਵੀ ਅਭਿਮਾਨੀ ਰਾਜੇ ਹੁੰਦੇ ਹਨ ਉਹਨਾਂ ਦੇ ਹੰਕਾਰ ਨੂੰ ਇੱਕ ਛੋਟੀ ਜਿਹੀ ਕੀੜੀ ਕਿਵੇਂ ਭੰਨ ਦਿੰਦੀ ਆ। ਫਿਰ ਕਹਿੰਦੇ ਜਦ ਰਾਜੇ ਨੂੰ ਗਿਆਨ ਹੋਇਆ ਤਾਂ ਰਾਜਾ ਕਹਿਣ ਲੱਗਾ ਵੀ ਠੀਕ ਆ, ਮੈਨੂੰ ਹੁਣ ਪਤਾ ਲੱਗ ਗਿਆ ਕਿ ਨੀਕੀ ਕੀੜੀ ਜਿਹੜੀ ਨੀਕੀ ਚੀਂਟੀ ਜਿਹੜੀ ਹੈ ਉਹਦੇ ਵਿੱਚ ਵੀ ਵਾਹਿਗੁਰੂ ਆਪਣੀ ਸ਼ਕਤੀ ਰੱਖ ਦੇਵੇ ਅਤੇ ਉਹ ਲੱਖਾਂ ਫੌਜਾਂ ਨੂੰ ਤਬਾਹ ਕਰ ਦਿੰਦੀ ਹੈ, ਪਰ ਮੈਂ ਤੇਰੀ ਇਸ ਭੋਜਨ ਛਕਣ ਦੀ ਜੋ ਸਤਿਕਾਰ ਭਰੀ ਨਜ਼ਰ ਹੈ ਮੈਂ ਇਸ ਨੂੰ ਜ਼ਰੂਰ ਪ੍ਰਵਾਨ ਕਰਾਂਗਾ, ਅਗਰ ਤੂੰ ਮੇਰੀ ਬੇਨਤੀ ਇੱਕ ਪ੍ਰਵਾਨ ਕਰੇ। ਫਿਰ ਕਹਿੰਦੇ
ਉਹ ਕੀੜੀ ਰਾਜੇ ਨੂੰ ਕਹਿਣ ਲੱਗੀ ਕਿ ਦੱਸ ਰਾਜਾ ਤੇਰੀ ਕੀ ਬੇਨਤੀ? ਅਤੇ ਕਹਿੰਦੇ ਰਾਜਾ ਕਹਿੰਦਾ ਕਿ ਜਿੰਨੀਆਂ ਵੀ ਮੇਰੀਆਂ ਫੌਜਾਂ ਤੈਂ ਪੂਰੀਆਂ ਦੀਆਂ ਪੂਰੀਆਂ ਮਾਰ ਦਿੱਤੀਆਂ, ਅਤੇ ਮੈਂ ਚਾਹੁੰਦਾ ਕਿ ਤੂੰ ਇਨ ਮੇਰੀਆਂ ਫੌਜਾਂ ਨੂੰ ਫਿਰ ਦੁਬਾਰਾ ਸੁਰਜੀਤ ਕਰ। ਅਗਰ ਤੂੰ ਮੇਰੀਆਂ ਫੌਜਾਂ ਮਰੀਆਂ ਨੂੰ ਦੁਬਾਰਾ ਸੁਰਜੀਤ ਕਰ ਦੇਵੀ ਤਾਂ ਮੈਂ ਤੇਰੇ ਰਾਜ ਦਾ ਲੰਗਰ ਜਿਹੜਾ ਸੀ ਜ਼ਰੂਰ ਛਕੂੰਗਾ, ਤੇਰੇ ਰਾਜ ਦਾ ਭੋਜਨ ਜ਼ਰੂਰ ਕਰੂੰਗਾ। ਕਹਿੰਦੇ ਫਿਰ ਇਸੇ ਤਰ੍ਹਾਂ ਹੀ ਹੋਇਆ ਅਤੇ ਉੱਥੇ ਦੀ ਰਾਣੀ ਕੀੜੀ ਨੇ ਕੀੜੀਆਂ ਨੂੰ ਆਦੇਸ਼ ਦਿੱਤਾ ਵੀ ਜਾਓ ਆਕਾਸ਼ ਦੇ ਵਿੱਚ ਅਤੇ ਉੱਥੋਂ ਅੰਮ੍ਰਿਤ ਦੀਆਂ ਬੂੰਦਾਂ ਭਰ ਕੇ ਲੈ ਕੇ ਆਓ। ਕਹਿੰਦੇ ਫਿਰ ਕੀੜੀਆਂ ਜਿਹੜੀਆਂ ਸੀਗੀਆਂ ਉਹਨੇ ਆਕਾਸ਼ ਦੀ ਅਡਾਰੀ ਮਾਰੀ, ਉੱਥੋਂ ਅੰਮ੍ਰਿਤ ਦੀਆਂ ਬੂੰਦਾਂ ਭਰ ਕੇ ਲੈ ਆਈਆਂ ਅਤੇ ਜਿਸ ਵੀ ਸਿਪਾਹੀ ਦੇ ਕੀੜੀ ਉਹ ਲੜੇ ਉਹੀ ਸਿਪਾਹੀ ਉੱਠ ਕੇ ਖੜ੍ਹਾ ਹੋ ਜਾਵੇ। ਇੱਦਾਂ ਪਲ ਭਰ ਦੇ ਵਿੱਚ ਹੀ ਰਾਜੇ ਦੀਆਂ ਲੱਖਾਂ ਕਰੋੜਾਂ ਫੌਜਾਂ ਜਿਹੜੀਆਂ ਸੀ ਉਹ ਖੜੀਆਂ ਕਰ ਦਿੱਤੀਆਂ ਕੀੜੀ ਨੇ, ਅਤੇ ਰਾਜਾ ਇਹ ਦੋਨਾਂ ਘਟਨਾਵਾਂ ਨੂੰ ਦੇਖ ਕੇ ਦੰਗ ਰਹਿ ਗਿਆ। ਅਤੇ ਉਸ ਨੇ ਫਿਰ ਕੀੜੀ ਦਾ ਭੋਜਨ ਛਕਣ ਦਾ ਜੋ ਕੀੜੀ ਦੇ ਨਾਲ ਫੈਸਲਾ ਕੀਤਾ ਸੀਗਾ ਉਹਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਜਿਹੜਾ ਸੀ ਉਹ ਸਵੀਕਾਰ ਕਰ ਲਿਆ। ਅਤੇ ਉਸ ਕੀੜੀ ਰਾਜ ਦੇ ਵਿੱਚ ਹੀ ਫਿਰ ਰਾਜੇ ਨੇ ਆਪਣੀਆਂ ਫੌਜਾਂ ਸਮੇਤ ਉਸ ਕੀੜੀ ਪਾਸੋਂ ਭੋਜਨ ਛਕਿਆ। ਪਰ ਇਹ ਬੜੀ ਵਿਚਿੱਤਰ ਘਟਨਾ ਹੈ। ਆਮ ਕੋਈ ਵੀ ਇਨਸਾਨ ਸੋਚਦਾ ਹੈ ਕਿ ਜਿਵੇਂ ਇਸ ਧਰਤੀ ਦੇ ਉੱਤੇ ਇਸ ਮਨੁੱਖ ਦੀ ਸਰਦਾਰੀ ਹੈ ਕਿ ਇਸ ਤਰ੍ਹਾਂ ਦੀਆਂ ਵੀ ਧਰਤੀਆਂ ਹੋ ਸਕਦੀਆਂ ਜਿੱਥੇ ਇਹਨਾਂ ਜੀਵਾਂ ਦੀ ਸਰਦਾਰੀ ਹੋਵੇ। ਭਾਵ ਕੀ ਹੈ ਕਿ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਹੈ ਉੱਥੇ ਆ ਜੋ ਵਾਹਿਗੁਰੂ ਨਿਰੰਕਾਰ ਹੈ ਉਸਨੇ ਕੀ ਬਣਾ ਕੇ ਰੱਖਿਆ ਹੈ ਇਹ ਤਾਂ ਕੋਈ ਨਹੀਂ ਜਾਣਦਾ। ਅੱਜ ਸਾਇੰਸ ਵੀ ਜੋ ਇਹਨਾਂ ਖੋਜਾਂ ਦੇ ਵਿੱਚ ਲੱਗੀ ਹੋਈ ਹੈ ਉਹ ਵੀ ਇਸ ਵਾਸਤੇ ਵੀ ਸ਼ਾਇਦ ਕਿਸੇ ਗ੍ਰਹਿ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਜੀਵ ਪ੍ਰਾਣੀ ਉਹਨੂੰ ਪ੍ਰਾਪਤ ਹੋ ਸਕਣ। ਪਰ ਗੁਰੂ ਨਾਨਕ ਸਾਹਿਬ ਦੀ ਜੋ ਖੋਜ ਹੈ ਜਿਹੜੀ ਕਿ ਇਹਨਾਂ ਸਰੀਰਾਂ ਦੇ ਨਾਲ ਹੀ ਦੂਸਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਾ ਕੇ ਉੱਥੇ ਦੇ ਜੀਵ ਜਿਹੜੇ ਹੈ ਉਹਨਾਂ ਦੇ ਜੋ ਉਹ ਜੀਵਨ ਵਾ ਉਹਨਾਂ ਨੂੰ ਇਸ ਧਰਤੀ ਦੇ ਵਿੱਚ ਲਿਆ ਕੇ ਇਹਨਾਂ ਲੋਕਾਂ ਦੇ ਵਿੱਚ ਵੰਡਿਆ ਹੈ ਕਿ ਜਿਵੇਂ ਬਾਬੇ ਨੇ ਕਿਹਾ ਕਿ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਰ ਤਲੇ ਕਬਰ ਜੋਰ, ਕਿ ਧਰਤੀ ਤਾਂ ਪਰੇ ਤੋਂ ਪਰੇ ਹੈ ਲੇਕਿਨ ਉਹਨਾਂ ਨੇ ਪਰੇ ਪਰੇ ਦੀਆਂ ਧਰਤੀਆਂ ਦੇ ਉੱਤੇ ਵਾਹਿਗੁਰੂ ਨੇ ਕੀ ਬਣਾ ਕੇ ਰੱਖਿਆ ਹੈ ਕੀ ਨਹੀਂ ਬਣਾ ਕੇ ਰੱਖਿਆ ਇਹ ਤਾਂ ਪਰਮੇਸ਼ਰ ਹੀ ਜਾਣਦਾ ਹੈ ਜਾਂ ਪਰਮੇਸ਼ਰ ਦੇ ਪਿਆਰੇ ਜਾਣਦੇ ਹਨ। ਲੇਕਿਨ ਇਹ ਜਿਹੜੇ ਦੁਰਲੱਭ ਭੇਤ ਹੁੰਦੇ ਆ ਇਹਨਾਂ ਨੂੰ ਸਤਿ ਬਚਨ ਕਰਕੇ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਹਜੇ ਸਮਾਂ ਨਹੀਂ ਆਇਆ। ਜਦ ਸਮਾਂ ਆਏਗਾ ਤਾਂ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਹਰੇਕ ਗੁਰਸਿੱਖ ਨੂੰ ਸਹਿਜ ਦੇ ਵਿੱਚ ਹੀ ਪ੍ਰਾਪਤ ਹੋ ਜਾਣਗੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸੋਧਰ ਦਾ ਜੋ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰ ਉਚਾਰੀ ਆ ਅਤੇ ਬਾਬੇ ਅਖੀਰ ਦੇ ਵਿੱਚ ਇਹ ਗੱਲ ਕਹੀ ਆ ਕਿ ਹੋਰ ਕਿਤੇ ਤੁਦਨੂੰ ਗਾਵਨ ਸੇ ਮੈਂ ਚਿੱਤ ਨਾ ਆਵਣ, ਕਿ ਹੇ ਨਿਰੰਕਾਰ ਤੈਨੂੰ ਹੋਰ ਕਿੰਨੇ ਗਾਉਂਦੇ ਆ ਕਿ ਮੇਰੇ ਚਿੱਤ ਚਿੱਤੇ ਵਿੱਚ ਨਹੀਂ ਆਉਂਦੇ। ਭਾਵ ਕਿ ਅਜੇ ਵੀ ਮੇਰਾ ਜੋ ਤੇਰੇ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਤੇਰੀ ਵਿਚਿੱਤਰ ਲੀਲਾ ਨੂੰ ਦੇਖਣ ਦਾ ਜੋ ਫੁਰਨਾ ਹੈ ਅਜੇ ਪੂਰਾ ਨਹੀਂ ਹੋਇਆ ਕਿਉਂਕਿ ਤੇਰੀ ਲੀਲਾ ਜਿਹੜੀ ਹੈ ਅਪਰੰਪਾਰ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਤਨੀ ਵੀ ਆਪਣੇ ਲੀਲਾ ਜੋ ਨਿਰੰਕਾਰ ਦੀ ਹੈ ਉਸ ਨੂੰ ਕੁਛ ਨਾ ਕੁਛ ਜਿਹੜਾ ਹੈ ਥੋੜ੍ਹੇ ਅੰਸ਼ਾਂ ਦੇ ਵਿੱਚ ਸਾਡੇ ਤੱਕ ਪਹੁੰਚਾਇਆ ਹੈ। ਵੈਸੇ ਤਾਂ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਦਾ ਰੂਪ ਹੈ ਪਰ ਫਿਰ ਵੀ ਇਨਸਾਨ ਨੂੰ ਦੱਸਣ ਵਾਸਤੇ ਕਿ ਭਾਈ ਵਾਹਿਗੁਰੂ ਦੀ ਲੀਲਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੀ ਲੀਲਾ ਜਿਹੜੀ ਆ ਅਪਰੰਪਾਰ ਹੈ, ਉਸ ਦੀ ਮਾਇਆ ਜੋ ਹੈ ਉਹ ਅਪਰੰਪਾਰ ਹੈ। ਇਸੇ ਕਰਕੇ ਕਿਸੇ ਨੇ ਬਹੁਤ ਹੀ ਖੂਬਸੂਰਤ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਦੇ ਵਿੱਚ ਲਿਖ ਦਿੱਤਾ ਹੈ ਕਿ ਮੇਰੇ ਨਾਨਕ ਸੱਚੇ ਪਾਤਸ਼ਾਹ ਪੀਰਾਂ ਦੇ ਸਰਤਾਜ ਤੂੰ ਮਾਲਕ ਅਰਸ਼ੀ ਤਖਤ ਦਾ ਤੇਰੇ ਸਿਰ 'ਤੇ ਰੱਬੀ ਤਾਜ, ਤੇਰੇ ਬੁੱਲੋਂ ਅੰਮ੍ਰਿਤ ਡੁੱਲਦਾ ਤਾਂ ਮੱਥਿਓਂ ਡੁੱਲਦਾ ਨੂਰ, ਤੇਰੀ ਰਸਨਾ ਬਾਣੀ ਰੱਬ ਦੀ ਤਾਂ ਨੈਣਾ ਵਿੱਚ ਸਰੂਰ, ਜੇ ਨਜ਼ਰ ਕਰੇ ਤੂੰ ਪਾਤਸ਼ਾਹ ਮੰਗਤਿਓਂ ਕਰਦੇ ਸ਼ਾਹ, ਫਿਰ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ ਤਾਂ ਲਸ਼ਕਰ ਕਰੇ ਸਵਾ। ਕਹਿੰਦੇ ਅਗਰ ਤੂੰ ਕੀੜੀ ਨੂੰ ਵੀ ਥਾਪ ਨਾ ਦੇ ਦੇਵੇ ਅਤੇ ਲੱਖਾਂ ਲਸ਼ਕਰ ਨੂੰ ਪਲ ਭਰ ਦੇ ਵਿੱਚ ਤਬਾਹ ਕਰ ਸਕਦੀ ਹੈ। ਇਹ ਵਾਹਿਗੁਰੂ ਦਾ ਜੋ ਬਹੁਤ ਹੀ ਦਇਆ ਦਾ ਸਭ ਤੋਂ ਵੱਡਾ ਕਿਰਪਾ ਦ੍ਰਿਸ਼ਟੀ ਦਾ ਭੰਡਾਰ ਹੈ, ਅਗਰ ਇੱਕ ਕਿਣਕਾ ਮਾਤਰ ਵੀ ਉਹ ਕੀੜੀ ਦੇ ਅੰਦਰ ਆ ਜਾਵੇ ਤਾਂ ਉਹ ਕੀੜੀ ਵੀ ਫਿਰ ਲੱਖਾਂ ਫੌਜਾਂ ਨੂੰ ਤਬਾਹ ਕਰ ਸਕਦੀ ਆ।
ਭਾਵ ਇਸ ਦਾ ਜੋ ਮੇਨ ਸੁਨੇਹਾ ਸੰਗਤ ਨੂੰ ਇਹੋ ਹੀ ਆ ਭਾਈ ਨਿਮਰਤਾ ਦਾ ਜੋ ਨਿਮਰਤਾ ਹੁੰਦੀ ਹੈ ਨਿਮਰਤਾ ਦਾ ਭੰਡਾਰਾ ਜਿਹੜਾ ਹੈ ਇਹਦੇ ਵਿੱਚ ਅਥਾਹ ਸ਼ਕਤੀ ਜਿਹੜੀ ਆ ਉਹ ਵਸਦੀ ਆ। ਅਸਲ ਵਿੱਚ ਵਾਹਿਗੁਰੂ ਜਿਹੜਾ ਹੈ ਉਹ ਨਿਮਰਤਾ ਦੇ ਭਾਂਡੇ ਦੇ ਵਿੱਚ ਹੀ ਸਮਾਉਂਦਾ ਹੈ। ਇਹ ਕਾਲ ਸ਼ਕਤੀ ਨਿਮਰਤਾ ਦੇ ਭਾਂਡੇ ਵਿੱਚ ਹੀ ਟਿਕਦੀ ਹੈ, ਇਹ ਹੋਮੇ ਦੇ ਭਾਂਡੇ ਵਿੱਚ ਨਹੀਂ ਟਿਕਦੀ। ਇੱਕ ਰਤੀ ਮੰਸ਼ ਅੰਸ਼ ਹੋਮੇ ਦਾ ਵੀ ਹੋਵੇ ਤਾਂ ਵੀ ਇਹ ਸ਼ਕਤੀ ਓਨਾ ਹੀ ਕੋਹਾਂ ਦੂਰ ਰਹਿੰਦੀ ਹੈ ਜਿੰਨੀ ਕਿ ਪਹਿਲਾਂ ਹੈ। ਇਹਦੇ ਵਾਸਤੇ ਪੂਰਨ ਨਿਰਮਾਣ ਨਿਮਰਤਾ ਚਾਹੀਦੀ ਹੈ। ਅਗਰ ਪੂਰਨ ਨਿਰਮਾਣ ਨਿਮਰਤਾ ਹੋਵੇ ਤਾਂ ਉਹ ਸ਼ਕਤੀ ਫਿਰ ਕਹਿਣ ਦੀ ਜ਼ਰੂਰਤ ਨਹੀਂ, ਉਹ ਇਸੇ ਭਾਂਡੇ ਦੇ ਵਿੱਚ ਫਿਰ ਸਦਾ ਦੇ ਘਰ ਘਰ ਜਾਂਦੀ ਹੈ ਅਤੇ ਉਹਦੇ ਧਨ ਭਾਗ ਬਣ ਜਾਂਦੇ ਹਨ, ਉੱਚੇ ਅਤੇ ਸੁੱਚੇ ਹੋ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਪੂਰਨ ਚਿੰਟੀ ਵਰਗੀ ਜਿਹੜੀ ਆ ਉਹ ਨਿਮਰਤਾ ਬੈਠ ਜਾਂਦੀ ਹੈ, ਘਰ ਘਰ ਜਾਂਦੀ ਹੈ। ਸੋ ਇੰਨੇ ਵਚਨਾਂ ਦੇ ਨਾਲ ਦਸ ਖਿਮਾਂ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।